93.1 Red FM ਤੇ ਇਸ ਸਮੇਂ ਸਟੂਡੀਓ ਵਿੱਚ ਮੇਰੇ ਨਾਲ ਹਨ ਸ਼ੈਰੀਮਾਨ ਜੀ। ਸ਼ੈਰੀ ਭਾਜੀ ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿੰਨੇ ਵੀ ਸੁਣ ਰਹੇ ਆ ਆਪਣੇ ਰੇਡੀਓ ਨੂੰ, ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਛਾ ਸ਼ੈਰੀ ਭਾਜੀ, ਜਿਹੜੇ ਤੁਹਾਡੇ ਗੀਤ ਪਿਛਲੇ ਕੁਝ ਸਮੇਂ ਦੇ ਵਿੱਚ ਆਏ ਨੇ ਜੀ, ਸਪੈਸ਼ਲੀ ਜਦੋਂ ਤੇ ਤੁਹਾਡੀ ਪ੍ਰਸਿੱਧੀ ਹੋਈ ਖਾਸ ਤੌਰ ਤੇ ਯਾਰਾਂ ਮੁੱਲੇ ਤੋਂ ਬਾਅਦ ਜੀ, ਇੱਕ ਜਿਹੜੀ ਸਭ ਤੋਂ ਵਧੀਆ ਗੱਲ ਹੈ ਕਿ ਤੁਸੀਂ ਆਪਣੀ ਵਰਸਟੀਲਿਟੀ ਬੜੀ ਦਿਖਾਈ ਆ। ਤੁਸੀਂ ਜਿੱਥੇ ਹੁਣ ਕੈਰਮ ਬੋਰਡ ਵਾਲਾ ਗੀਤ ਆ ਜੀ, ਉੱਥੇ ਆਟੇ ਦੀ ਚਿੜੀ ਗਾਉਣ ਵਾਲਾ ਵੀ ਉਹੀ ਸ਼ੈਰੀਮਾਨ ਹੈ ਜੀ, ਅਤੇ ਇੱਕ ਘਰ ਤੇਰਾ ਜੋੜਿਆ ਦੂਜਾ ਜੋੜਨ ਚੱਲੀ ਨੀ, ਉਹ ਵੀ ਸ਼ੈਰੀਮਾਨ ਹੈ ਜੀ। ਇਹ ਜਿਹੜੀ ਤੁਸੀਂ ਆਪ, ਤੁਸੀਂ ਪਰਸਨਲੀ ਕਿਸ ਤਰ੍ਹਾਂ ਦੇ ਗੀਤ ਜ਼ਿਆਦਾ ਪ੍ਰੈਫਰ ਕਰਦੇ ਹੋ? ਪਰਸਨਲੀ ਤਾਂ ਮੈਂ, ਕੋਸ਼ਿਸ਼ ਮੇਰੀ ਹੁੰਦੀ ਹੈ ਮੈਂ ਜ਼ਿਆਦਾ ਜਿਹੜੇ ਗੀਤਾਂ ਨਾਲ ਇਮੋਸ਼ਨਸ ਜੁੜੀਆਂ ਹੁੰਦੀਆਂ ਉਹ ਗੀਤ, ਕਿਉਂਕਿ ਮੈਨੂੰ ਖੁਦ ਨੂੰ ਉਹ ਗੀਤ ਲਿਖਣ ਗਾਉਣ 'ਚ ਬਹੁਤ ਚੰਗਾ ਲੱਗਦਾ, ਵਧੀਆ ਲੱਗਦਾ। ਪਰ ਜਿਵੇਂ ਤੁਸੀਂ ਵਰਸਟੈਲਿਟੀ ਦੀ ਗੱਲ ਕੀਤੀ, ਪਿਛਲੇ 2 ਸਾਲਾਂ ਤੋਂ ਮੈਂ ਇਹ ਚੀਜ਼ ਆਪਣੇ ਆਪ 'ਚ ਕੋਸ਼ਿਸ਼ ਕਰਦਾ ਰਿਹਾ ਕਿ ਮੈਂ ਅਲੱਗ ਅਲੱਗ ਤਰ੍ਹਾਂ ਦੇ ਗੀਤ ਗਾਵਾਂ, ਕਿਉਂਕਿ ਮੈਨੂੰ ਲੱਗਦਾ ਸਿੰਗਰ ਨੂੰ ਇੱਦਾਂ ਹੀ ਹੋਣਾ ਚਾਹੀਦਾ ਕਿ ਹਰ ਤਰ੍ਹਾਂ ਦੇ ਗੀਤ ਉਹ ਗਾ ਸਕੇ। ਪਿੱਛੇ ਜੇ ਗਾਣਾ ਆਇਆ ਸੀ ਦਿਲ ਦਾ ਦਿਮਾਗ, ਉਸ ਤੋਂ ਬਿਲਕੁਲ ਬਾਅਦ ਫਿਰ ਗਾਣਾ ਆਇਆ 3 ਪੈਗ, ਦੋਨੇ ਬੜੇ ਅਲੱਗ ਤਰ੍ਹਾਂ ਦੇ ਗੀਤ ਹੈ, ਅਤੇ ਖੁਸ਼ੀ ਮੈਨੂੰ ਹੁੰਦੀ ਹੈ ਕਿ ਮੈਂ ਇਸ ਕੋਸ਼ਿਸ਼ ਦੇ ਵਿੱਚ ਕਾਮਯਾਬ ਹੋ ਰਿਹਾ। ਜਿਹੜੀ ਤੁਸੀਂ ਗੱਲ ਕੀਤੀ ਨਾ ਦਿਲ ਦਾ ਦਿਮਾਗ ਤੇ ਜਾਂ 3 ਪੈਗ ਈਵਨ ਕੈਰਮ ਬੋਰਡ ਜੀ, ਲਿਰਿਕਸ ਬੜੇ ਅਨਕਨਵੈਨਸ਼ਨਲ ਕਿਸਮ ਦੇ ਨੇ ਜੀ, ਹੈ ਨਾ। ਜੇ ਤਾਂ ਜਿਹੜੀਆਂ ਆਮ ਤੌਰ ਤੇ ਜਿਸ ਤਰ੍ਹਾਂ ਦੇ ਗੀਤਾਂ ਦੇ ਵਿੱਚ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਹੜੀ ਸਿਮਲੀਆਂ ਹੁੰਦੀਆਂ ਨੇ ਜੀ ਜੀ, ਇਹ ਬੜੀਆਂ ਅਨਯੂਜੁਅਲ ਸਿਮਲੀਜ਼ ਨੇ, ਕਿੱਥੋਂ ਸੋਚਦੇ ਹੋ, ਕਿੱਥੋਂ ਕੱਢਦੇ ਹੋ? ਇਹੀ ਕ੍ਰੀਏਟੀਵਿਟੀ ਹੈ ਮੈਨੂੰ ਲੱਗਦਾ। ਮੈਂ ਵੀ ਕੁਛ ਨਾ ਕੁਛ ਪੁੱਠਾ ਸਿੱਧਾ ਕਰਨ ਦੀ ਕੋਸ਼ਿਸ਼ ਕਰਦਾ ਹੀ ਰਹੀਦਾ, ਸ਼ਬਦਾਂ ਦੇ ਨਾਲ ਖੇਡਣਾ ਜਾਂ ਤਰਜ਼ਾਂ ਦੇ ਨਾਲ ਖੇਡਣਾ ਵਧੀਆ ਲੱਗਦਾ। ਕਈ ਵਾਰੀ ਕੁਛ ਚੰਗੀ ਚੀਜ਼ ਵੀ ਨਿਕਲ ਆਉਂਦੀ ਹੈ ਉਹਦੇ ਵਿੱਚੋਂ, ਕਈ ਵਾਰੀ ਕੋਈ ਨਹੀਂ ਵੀ ਹੁੰਦਾ ਇਸ ਤਰ੍ਹਾਂ ਕੁਛ ਵਧੀਆ, ਪਰ ਕੋਸ਼ਿਸ਼ ਮੈਂ ਕਰਦਾ ਰਹਿੰਦਾ ਕੁਛ ਨਾ ਕੁਛ, ਕਿਸੇ ਗੱਲ 'ਚੋਂ ਕੋਈ ਗਾਣਾ ਨਿਕਲ ਆਵੇ ਜਾਂ ਕਿਸੇ ਗਾਣੇ 'ਚੋਂ ਕੋਈ ਤਰਜ਼ ਸਮਝ ਆ ਜਾਵੇ ਅਤੇ ਲੱਗਦਾ ਕਿ ਯਾਰ ਇਹਨੂੰ ਜੇ ਮੈਂ ਇਸ ਤਰ੍ਹਾਂ ਗਾਵਾਂ ਤਾਂ ਕਿਵੇਂ ਰਹੂਗਾ, ਉਹ ਮੈਂ ਇੱਦਾਂ ਦੇ ਐਕਸਪੈਰੀਮੈਂਟ ਕਰਦਾ ਹੀ ਰਹਿੰਦਾ ਹੁੰਦਾ। ਅੱਛਾ, ਹੁਣ ਜਿਹੜੇ ਗੀਤ ਨੇ ਨਾ, ਇੱਕ ਤਾਂ ਜਿੱਥੇ ਜਿਹੜਾ ਸੁਣਨ ਦੀ ਚੀਜ਼ ਤਾਂ ਹੈਗੀ ਆ ਜੀ, ਪਰ ਗੀਤਾਂ ਦਾ ਵਿਜੂਅਲ ਇੰਪੈਕਟ ਬੜਾ ਹੋ ਗਿਆ ਵੀਡੀਓਜ਼ ਦੇ ਨਾਲ ਜੀ ਜੀ। ਆ ਜਿਹੜਾ 3 ਪੈਗ ਵਾਲਾ ਗੀਤ ਹੈ ਜੀ, ਇਹਦੇ 'ਚ ਡੀਮੋਨੇਟਾਈਜੇਸ਼ਨ ਦਾ ਕਨਸੈਪਟ ਬੜੇ ਵਧੀਆ ਤਰੀਕੇ ਤੁਸੀਂ ਨਾਲ ਇਹਦੇ ਨਾਲ ਬੁਣਿਆ ਜੀ। ਉਹ ਸੀਨ ਬੜਾ ਲੋਕਾਂ ਨੇ ਪਸੰਦ ਕੀਤਾ, ਇਹਦੇ 100-100 ਦੇ ਨੋਟ ਪਹਿਲਾਂ ਵਾਰਦੇ ਹੋ, ਫਿਰ ਗੱਡੀ 'ਚ ਬਹਿ ਕੇ ਰੁਕੇ ਕਿ ਨਹੀਂ ਨਹੀਂ ਵਾਪਸ ਚੱਕ ਲੈਣ ਦੀ ਲੋੜ ਪੈਣੀ ਆ, ਲੋੜ ਹੀ ਹੁਣ 100-100 ਦੇ ਨੋਟਾਂ ਦੀ ਰਹਿ ਗਈ। ਮੈਨੂੰ ਯਾਦ ਹੈ ਅਸੀਂ ਪਿੱਛੇ ਜੇ ਬਠਿੰਡੇ ਇੱਕ ਸ਼ੋਅ ਕੀਤਾ, ਸਰਕਾਰੀ ਸ਼ੋਅ ਸੀ, ਤੇ ਉਹਨਾਂ ਨੇ ਸਾਨੂੰ 100-100 ਦੀਆਂ ਨੋਟਾਂ ਦੇ ਨਾ ਉਹ ਦੇਤੇ, ਕਾਫੀ ਸਾਰੇ ਨੋਟ ਜਿਵੇਂ 1-2 ਲੱਖ ਰੁਪਇਆ, ਤੇ ਮੇਰਾ ਮੈਨੇਜਰ ਉਹਨਾਂ ਨੂੰ ਇਨਸਿਸਟ ਕਰੇ, ਨਹੀਂ ਜੀ ਕਹਿੰਦਾ ਤੁਸੀਂ ਥੋੜੇ ਸਾਨੂੰ ਵੱਡੇ ਨੋਟ ਦਿਓ ਤਾਂ ਕਿ ਸਾਨੂੰ ਵੀ ਸੌਖਾ ਹੋਵੇ। ਅੱਛਾ, ਮੈਂ ਉਹਨੂੰ ਕਿਹਾ ਮੈਂ ਯਾਰ ਲੈ ਲਾ ਚੱਲ ਕੋਈ ਨੀ, ਪੈਸੇ ਤਾਂ ਪੈਸੇ ਹੀ ਹੁੰਦੇ ਆ ਹਨਾ। ਉਹ 2 ਮਹੀਨੇ ਬਾਅਦ ਜਾ ਕੇ ਪਤਾ ਲੱਗਿਆ ਕਿ ਵਾਕਈ ਯਾਰ ਉਹ 100 ਦੇ ਜਿਹੜੇ ਨੋਟ ਸੀ ਨਾ, ਉਹ ਜੇ ਸਾਨੂੰ ਨਾ ਮਿਲਦੇ ਤਾਂ ਸ਼ਾਇਦ ਅਸੀਂ ਵੀ ਬਹੁਤ ਔਖਾ ਹੋਣਾ ਸੀਗਾ, ਕਿਉਂਕਿ ਐਟ ਅ ਟਾਈਮ ਇਹੋ ਜਿਹੀ ਜਦੋਂ ਗੱਲ ਹੋ ਜਾਂਦੀ ਹੈ ਹਨਾ, ਤੇ ਫਿਰ ਉਹ ਚੀਜ਼ ਨੂੰ ਕਿਉਂਕਿ ਹਰ ਬੰਦਾ ਹੀ ਉਹਦੇ ਨਾਲ ਜੂਝ ਰਿਹਾ ਸੀ ਉਸ ਟਾਈਮ 'ਚ, ਤਾਂ ਮੈਂ ਵੀਡੀਓ ਦੇ ਨਾਲ ਜੋੜਤਾ, ਕਿਉਂਕਿ ਹਰ ਬੰਦਾ ਜਿਹੜਾ ਆਇਡੈਂਟੀਫਾਈ ਕਰ ਲੈਂਦੇ ਨੇ ਨਾ, ਬਿਲਕੁਲ ਹਰ ਬੰਦਾ ਉਹਦੇ ਨਾਲ ਜੁੜ ਗਿਆ ਕਿ ਯਾਰ ਇਹ ਤਾਂ ਸਾਡੀ ਗੱਲਬਾਤ ਹੀ ਹੋ ਰਹੀ ਹੈ ਸਾਰੀ। ਦੈਟਸ ਰਾਈਟ। ਸੋ ਜੀ, ਅੱਛਾ ਇਸ ਵੀਡੀਓ ਦੀ ਇੱਕ ਮੈਂ ਹੋਰ ਸਲਾਹ ਜ਼ਰੂਰ ਕਰਨੀ ਚਾਹਾਂਗਾ ਜੀ, ਕਈ ਵਾਰ ਜਿਹੜੇ ਦਾਰੂ ਵਾਲੇ ਗੀਤ ਹੁੰਦੇ ਨੇ ਉਹਨਾਂ ਦੀ ਮੁਖਾਲਫਤ ਵੀ ਹੋਣੀ ਸ਼ੁਰੂ ਹੋ ਜਾਂਦੀ ਆ ਜੀ, ਕਿ ਨਹੀਂ ਜੀ ਇਹ ਸ਼ਰਾਬ ਨੂੰ ਗਲੋਰੀਫਾਈ ਕੀਤਾ ਜਾ ਰਿਹਾ ਦਿਸਣ ਦਾ ਜੀ, ਪਰ ਇਸ ਗਾਣੇ ਦੀ ਵੀਡੀਓ 'ਚ ਜਿਹੜਾ ਗੱਡੀ ਚਲਾ ਰਿਹਾ ਉਹ ਦਾਰੂ ਨਹੀਂ ਪੀ ਰਿਹਾ ਜੀ। ਜੀ ਬਿਲਕੁਲ, ਪਰਮੀਸ਼ ਨੇ ਬਹੁਤ ਵਧੀਆ ਇੱਕ ਸ਼ਾਟ ਲਿਆ ਇਹਦੇ ਵਿੱਚ, ਕਿ ਇੱਕ ਚੰਗਾ ਮੈਸੇਜ ਵੀ ਹੈ ਕਿ ਤੁਸੀਂ ਡਰਿੰਕ ਐਂਡ ਡਰਾਈਵ ਵੀ ਨਹੀਂ ਕਰਨੀ ਹੈਗੀ, ਗਾਣੇ ਤੁਸੀਂ ਜਿੰਨੇ ਮਰਜ਼ੀ ਸੁਣੋ, ਤੇ ਪਰ ਉਹ ਚੰਗਾ ਮੈਸੇਜ ਆ ਉਹਦੇ ਵਾਸਤੇ ਵੀ ਸਾਨੂੰ ਬਹੁਤ ਸਾਰੇ ਫੋਨ ਵੀ ਆਏ, ਮੈਸੇਜਸ ਵੀ ਆਏ। ਇਟਸ ਵੈਰੀ ਇੰਟੈਲੀਜੈਂਟਲੀ ਡਨ ਵੀਡੀਓ ਜੀ ਜੀ ਜੀ। ਦਿਲਜਾਨ ਵੀ ਇਸ ਸਮੇਂ ਸਾਡੇ ਸਟੂਡੀਓ ਵਿੱਚ ਨੇ, ਦਿਲਜਾਨ ਤੁਹਾਡਾ ਸਵਾਗਤ ਹੈ ਜੀ। ਮਿਹਰਬਾਨੀ ਜੀ, ਥੈਂਕ ਯੂ। ਸੋ ਇਸ ਸ਼ੋਅ ਦੇ ਵਿੱਚ ਤੁਹਾਡੀ ਸ਼ਮੂਲੀਅਤ, ਇੱਕ ਹੋਰ ਵੱਖਰਾ ਰੰਗਤ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਆਓਗੇ, ਤੁਹਾਡਾ ਜਿਹੜਾ ਸੰਗੀਤਕ ਸਫ਼ਰ ਹੈ ਤੇ ਤੁਹਾਡੀ ਜਿਹੜੀ ਫੋਲੋਇੰਗ ਆ ਉਹ ਵੀ ਨਿਰੰਤਰ ਵੱਧਦੀ ਜਾ ਰਹੀ ਹੈ, ਤੁਹਾਡੇ ਪ੍ਰਸ਼ੰਸਕ ਬਹੁਤ ਨੇ। ਤੁਸੀਂ ਜਿੱਥੇ ਪੰਜਾਬੀ ਗੀਤ ਗਾਉਂਦੇ ਸੀ, ਮੈਂ ਕਿਹਾ ਹਿੰਦੀ ਗੀਤ ਵੀ ਗਾਉਂਦੇ ਹੋ, ਸੋ ਦੈਟ ਵਿਲ ਬੀ ਦੀ ਡਿਫਰੈਂਟ ਫਲੇਵਰ ਵਿਦ ਯੂ। ਹਾਂਜੀ ਹਾਂਜੀ ਬਿਲਕੁਲ, ਮੇਰੇ ਜਿਹੜੇ ਜਿਹੜਾ ਅਸਲੀ ਮੇਰਾ ਹੁਣ ਕੈਰੀਅਰ ਸਟਾਰਟ ਹੋਇਆ ਉਹ ਹਿੰਦੀ ਤੋਂ ਹੀ ਹੋਇਆ ਜੀ, ਕਿ ਮੈਂ ਇੱਕ ਸ਼ੋਅ ਹਿੰਦੀ ਕੀਤਾ ਸੀ ਸੁਰਕਸ਼ੇਤਰ, ਤੋ ਉਹ ਸ਼ੋਅ ਕਰਕੇ ਮੇਰੀ ਜਿਹੜੀ ਪਛਾਣ ਬਣੀ, ਉਸ ਬਾਲੀਵੁੱਡ ਦੇ ਸ਼ੋਅ ਕਰਕੇ ਮੇਰੀ ਜਿਹੜੀ ਹੁਣ ਪਛਾਣ ਬਣੀ ਹੈ ਜੀ, ਪੇਸ਼ ਕਰਾਂਗਾ ਜੀ। ਤੁਹਾਡੀ ਆਵਾਜ਼ ਵਿੱਚ ਜ਼ਰੂਰ ਕੁਝ ਸੁਣਨਾ ਚਾਹਾਂਗੇ ਅਸੀਂ, ਜੇ ਤੁਸੀਂ ਕੁਝ ਸੁਣਾਉਣਾ। ਜ਼ਰੂਰ ਜੀ ਜ਼ਰੂਰ ਜੀ। ਹੋ ਭੀਗੀ ਭੀਗੀ ਰਾਤ
तुम आना हाँ भीगी भीगी रातों में फिर तुम आना हाँ ऐसी बरसातों में आना ला 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 वेरी नाइस दिलजान बहुत बहुत बढ़िया इस समय स्टूडियो दे विच हन साडे नाल शहरी मान जी ते दिलजान अच्छा शहरी भाजी हुण टाइम साडे कोल गिनवा मिनवाईयां जी पर मैं कुछ सवाल तुहानू जरूर पुछणे चाहुंना हां जी सवाल वाला पेपर किथे आ रहा ओके रैपिड फायर राउंड अच्छा बगैर सोचे जवाब देना मतलब जवाब तो पर ज्यादा टाइम नहीं ले सकदे तुहाडा फेवरेट कलर केड़ा ब्लैक फेवरेट फूड साग मक्की दी रोटी फेवरेट आर्टिस्ट बब्बू मान अपने बारे बदल नहीं चाहने एक नी बहुत सारिया चीजा बदलनिया सोच नहीं सकते भारत बहुत घटा लिया फिट बहुत लगते हो नहीं मैं उही सोच रहा सी मैं हुण चीज केड़ी कहां चीजा बहुत है मेरे च बदलन वालियां मैनूं लगदा भी चलो एक चीज मैं दस दिना कि मैं अपने आप नूं होर फिट करना चाहुंदा होर फिट जी सिक्स पैक शेरीमान नहीं नहीं सिक्स पैक्स नहीं बस इन्ना का फिट भी वधिया लगा अच्छा जे तुसी सलाह देनी होवे कुछ आर्टिस्ट नूं जिहड़े तुहाडे समकाली आर्टिस्ट ने जी उहनां दे विचों कुछ तुहाडे सीनियर भी ने जी जैज़ी बीज नूं की सलाह दोगे जैज़ी भाई नूं मैं सलाह दूंगा भी भाई यू आर डूइंग वेरी गुड एंड यू आर ट्रेंड सेटर बस इस तरह चक दे फट्टे लग्या रहे ते दलजीत दोसांझ नूं दलजीत नूं मैं ये सलाह दूंगा कि बहुत वधिया बॉलीवुड च भी बहुत वधिया नाम बना लिया ते बस यही है कि होर सरदारी नूं और पग नूं होर इंटरनेशनल लैवल ते लैके जावे ते जे तुसी सलाह देनी होवे गुरप्रीत घुग्गी जी नूं की दोगे हुण सियासत च भी चले गए ने असल च की है ना तुसी मैं वैसे मेरे मैं कोई मतलब मेरा कोई एडा कद है नहीं तुसी जिन्ने जिन्ने नाम पूछी जाने हो नहीं नहीं मैं, you're being humble, you're being humble. मैं सलाह मतलब घुग्गी भाजी नूं ऑलवेज ईवन मैं भगवंत भाई हुणां नूं भी ऑलवेज मिस करदा जिहड़ी उहनां दी कॉमेडी पार्ट सीगा हुण भी पुराने उहनां दीआं टेपां मैं सुणदा ते डेफिनेटली नवां करियर उहनां ने चूज़ कीता बहुत वधिया गल है पर कदे कदे मिस करीदा उहनां दी कॉमेडी एक मिनट एक्चुअली उही गीत चलदा जिहदी वीडियो तुसी इत्थे रेड एफएम दे स्टूडियो च शूट कीती सी ओके इहनूं थोड़ा फेड कर दईए ते लाइव चक दिओ फिर लग गया वीजा बदल गईयां गल्लां लग गया वीजा बदल गईयां गल्लां छुड़ा के हत्थां विच्चों हत्थ ते कहंदी चल हुण चलना लग गया वीजा बदल गईयां गल्लां